सतगुरु साहिब जीओ महाराज। श्री गुरु ग्रंथ साहिब जीओ महाराज। एक ओंकार सतनाम करता पुरख निर्भव निर्वैर तकार मूरत अजूली अजूनी सैभ गुर प्रसाद जप आद सच जुगाद सच हैप्पी सच नानक होसी पी सच आखो सतनाम श्री वाहे सारी संगत आखो जी सतनाम श्री वाहे गुरु वह प्रगटियो मर्द अगमड़ा वरिया अकेला वह प्रगटियो मर्द अगमड़ा वरिया अकेला वह वह गोबिंद सिंह आपे गुरचेला ना कहूँ अब की ना कहूँ अब की मैं जब कि अगर ना होते गुरु गोबिंद सिंह तो सुनत होती सबकी हक हक या देश गुरु गोबिंद सिंह बादशाह दरवेश गुरु गोबिंद सिंह हक हक या गहा गुरु गोबिंद सिंह शाही शाही शाह गुरु गोबिंद सिंह ऐसिया गुरा तो जी मैं बल बल जावा ऐसिया गुरा तो बल बल Yeah.
Yeah.
ਉਗਵੈ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਗੁਰੂ ਸਵਾਰੀ ਸਤਸੰਗ ਜੀਓ, ਸਲਾਨਾ ਮਹਾਨ ਗੁਰਮਤਿ ਸਮਾਗਮ ਬਸੀ ਪਠਾਣਾ, ਸ਼੍ਰੀ ਮਾਨ ਬਾਬਾ ਮੇਜਰ ਸਿੰਘ ਜੀ ਤਥਾ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਰਲਮਿਲ ਕਰਕੇ ਮਰਦ ਅਗੰਬੜੇ ਰਾਜੇ ਜੋਗੀ ਮਹਾਨ ਤਪਸਵੀ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਪ੍ਰਕਾਸ਼ ਗੁਰਪੁਰਬ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਤਿੰਨ ਦਿਨਾਂ ਦਾ ਸਮਾਗਮ ਸਮਾਪਤੀ ਭਾਵੇਂ ਰਾਤ ਸੀ ਪਰ ਕੁਦਰਤ ਦੀ ਖੇਡ ਇਹੋ ਜਿਹੀ ਸੀ। ਸੱਚੇ ਪਾਤਸ਼ਾਹ ਜੀਆਂ ਦੇ ਉਸ ਪਾਵਨ ਹੁਕਮ ਦੁਆਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਦੇ ਮਹਾਂਵਾਕ ਅਨੁਸਾਰ ਅੱਜ ਇੱਕ ਦੀਵਾਨ ਰਾਤਰੀ ਦਾ ਜੋ ਵਾਅਦਾ ਕੀਤਾ ਗਿਆ ਆਖਰੀ ਦੀਵਾਨ ਇਸ ਪੰਡਾਲ ਦਾ ਸਾਰੀ ਸੰਗਤ ਬੜੇ ਸਤਿਕਾਰ ਤੇ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਬੜੇ ਚਿਰ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਰਲ ਮਿਲ ਕਰਕੇ ਬੜੇ ਪਿਆਰ ਦੇ ਨਾਲ ਢਾਡੀ ਜਥੇ ਤੋਂ ਢਾਡੀ ਵਾਰਾਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰ ਰਹੇ ਸਾਂ। ਦਾਦੇ ਆਓ ਚੰਦ ਮਿੰਟ ਥੋੜਾ ਜਿਹਾ ਸਮਾਂ ਹੋਰ ਸੁਰਤ ਵਿਰਤ ਇਕਾਗਰ ਕਰੋ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ, ਹੱਥ ਜੋੜੋ, ਚੌਂਕੜੇ ਲਗਾਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਧਿਆਨ ਕਰੋ, ਰਸਨਾ ਨਾ ਕੋਈ ਵਾਂਝੀ ਰਹਿ ਜਾਏ। ਜਿੰਨੀ ਕੁ ਸੰਗਤ ਸਤਿਗੁਰ ਜੀ ਦੇ ਚਰਨਾਂ 'ਚ ਸੁਭਾਏ ਮਾਨ ਹੈ, ਸਾਰੀ ਸੰਗਤ ਸਤਿਗੁਰ ਜੀ ਨੂੰ ਸੀਸ ਝੁਕਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਮਹਾਨ ਰਹਿਮਤ ਕੀਤੀ, ਗੁਸਾਈ ਤੁਲਸੀਦਾਸ ਜੀ ਲਿਖਦੇ ਨੇ, ਗੁਸਾਈ ਤੁਲਸੀਦਾਸ ਜੀ ਤੁਲਨਾ ਕਰਦੇ ਕਹਿੰਦੇ ਧਨ ਪਦਾਰਥ ਹਰ ਇੱਕ ਦੇ ਘਰੇ ਬਹੁਤ ਹੈ, ਜਿਹਦੇ ਕੋਲ ਜ਼ਿਆਦਾ ਹੈ ਉਹ ਅਮੀਰ ਹੈ, ਜਿਹਦੇ ਕੋਲ ਘੱਟ ਹੈ ਤੇ ਉਹ ਗਰੀਬ ਹੈ। ਧਨ ਦੌਲਤ ਭਾਵੇਂ ਕਿਸੇ ਕੋਲ ਘੱਟ ਹੈ ਤੇ ਭਾਵੇਂ ਕਿਸੇ ਕੋਲ ਵੱਧ ਹੈ, ਪਰ ਗੁਸਾਈ ਜੀ ਕਹਿੰਦੇ ਹੈ ਸਾਰਿਆਂ ਦੇ ਕੋਲ। ਪੁੱਤਰ ਤੇ ਧੀਆਂ ਦੀ ਗੱਲ ਕਰੀਏ, ਭਾਵੇਂ ਕਿਸੇ ਕੋਲ ਇੱਕ ਹੈ ਤੇ ਭਾਵੇਂ ਕਿਸੇ ਕੋਲ ਦੋ ਹੈ, ਸਭ ਦੇ ਕੋਲ ਹੈ। ਧਨ ਦਾਰਾ ਸੁੱਤ ਲਛਮੀ ਪਾਪੀ ਕਹਿ ਪੀ ਹੋਏ, ਗੁਸਾਈ ਤੁਲਸੀਦਾਸ ਜੀ ਕਹਿੰਦੇ ਇਹ ਜਿਹੜੀਆਂ ਵਸਤੂਆਂ ਨੇ ਇਹ ਤਾਂ ਪਾਪੀਆਂ ਦੇ ਘਰਾਂ ਦੇ ਵਿੱਚੋਂ ਵੀ ਆਪਾਂ ਨੂੰ ਮਿਲ ਜਾਣਗੀਆਂ। ਧਨ ਪਦਾਰਥ, ਧਨ ਦੌਲਤ, ਸਪੁੱਤਰ, ਧੀਆਂ ਪੁੱਤਰ, ਲਛਮੀ, ਇਹੋ ਜਿਹੀਆਂ ਵਸਤੂਆਂ ਪਾਪੀਆਂ ਦੇ ਘਰਾਂ ਦੇ ਵਿੱਚ ਵੀ ਇਹੋ ਜਿਹੀਆਂ ਵਸਤੂਆਂ ਦਾ ਘਾਟਾ ਨਹੀਂ,
ਪਰ ਲੇਕਿਨ ਜੇ ਵਡਮੁੱਲੀ ਵਸਤੂ ਦੀ ਬਾਤ ਕੀਤੀ ਨਾ ਗੁਰਸਾਈਂ ਤੁਲਸੀਦਾਸ ਨੇ, ਵਡਮੁੱਲੀ ਬਾਤ ਕਿਹਨੂੰ ਆਖਿਆ, ਵਡਮੁੱਲਾ ਸਮਾਂ ਕਿਹਨੂੰ ਆਖਿਆ, ਗੁਰਸਾਈਂ ਜੀ ਕਹਿੰਦੇ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਇੱਕ ਤਾਂ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ, ਇੱਕ ਮਹਾਂਪੁਰਖਾਂ ਦਾ ਸਮਾਗਮ, ਭਾਵ ਜਿੱਥੇ ਸੱਚ ਦੀ ਗੱਲ ਹੁੰਦੀ ਹੋਵੇ, ਜਿੱਥੇ ਸੰਗਤ ਗੁਰਸਿੱਖ ਪਿਆਰਿਓ, ਸਤਿਗੁਰ ਜੀ ਨੇ ਬਾਣੀ ਦੇ ਅੰਦਰ ਫੁਰਮਾਰ ਕਰ ਦਿੱਤਾ, ਸਤ ਸੰਗਤ ਕੈਸੀ ਜਾਣੀ ਹੈ, ਕਿਹੋ ਜਿਹੀ ਜਾਣੀ ਜਾਵੇ ਵੀ ਆ ਸੰਗਤ ਹੈ, ਕਿਹੋ ਜਿਹਾ ਆਪਣੇ ਕੋਲ ਮੀਟਰ ਹੈ ਵੀ ਆਪਾਂ ਲਾ ਕੇ ਦੱਸ ਸਕਦੇ ਹਾਂ ਵੀ ਇਹ ਸੰਗਤ ਹੋ ਰਹੀ ਹੈ। ਪਾਤਸ਼ਾਹ ਜੀ ਬਾਣੀ ਅੰਦਰ ਕਹਿੰਦੇ ਸਤ ਸੰਗਤ ਕੈਸੀ ਜਾਣੀਏ, ਫਿਰ ਨਾਲ ਆਪ ਹੀ ਉੱਤਰ ਦਿੱਤਾ ਜਿੱਥੇ ਏਕੋ ਨਾਮ ਵਖਾਣੀ ਹੈ, ਜਿੱਥੇ ਇੱਕੋ ਹੀ ਨਾਮ ਦੀ, ਪਰਮੇਸ਼ਰ ਦੇ ਨਾਮ ਦੀ ਬਾਤ ਹੁੰਦੀ ਹੋਵੇ। ਪਿਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਉਹ ਸਤ ਸੰਗਤ ਹੈ। ਫਿਰ ਨਾਲ ਇਹ ਵੀ ਬਚਨ ਕੀਤਾ ਏਕੋ ਨਾਮ ਹੁਕਮ ਹੈ, ਸਾਨੂੰ ਸਾਰਿਆਂ ਨੂੰ ਹੁਕਮ ਕੀ ਹੈ ਪਰਮੇਸ਼ਰ ਦਾ, ਗੁਰਬਾਣੀ ਦਾ ਫੈਸਲਾ ਨਾਮ ਜਪਣਾ ਤੇ ਨਾਮ ਜਪਾਉਣਾ, ਆਪ ਨਾਮ ਜਪਣਾ, ਆਪ ਬੰਦਗੀ ਕਰਨੀ ਔਰ ਦੂਜੇ ਤੋਂ ਬੰਦਗੀ ਕਰਾਉਣੀ। ਬਾਬਾ ਮੇਜਰ ਸਿੰਘ ਦੇ ਜੋ ਹਿੱਸੇ ਆਇਆ ਹਰ ਸਾਲ ਸਾਲਾਨਾ ਸਮਾਗਮ, ਇਹ ਜੋ ਭੰਡਾਰਾ ਗੁਰਸਿੱਖ ਪਿਆਰਿਓ, ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਗੁਰਬਾਣੀ ਦਾ ਫਰਮਾਨ ਹੋਵੋ ਇਕੱਤਰ ਮਿਲੋ ਮੇਰੇ ਭਾਈ, ਕਿਹੋ ਜਿਹੀ ਉਹ ਜਗ੍ਹਾ ਹੋਵੇ ਜਿੱਥੇ ਇਕੱਤਰ ਹੋ ਕੇ ਬਹਿ ਕੇ ਆਪਣੀ ਦੁਵਿਧਾ ਨੂੰ ਦੂਰ ਕੀਤਾ ਜਾਏ। ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਏ। ਮੋੜਾਂ ਤੇ ਬੜੀ ਦੁਨੀਆ ਵਹਿੰਦੀ ਹੈ, ਹੌਸਪੀਟਲਾਂ ਦੇ ਅੰਦਰ ਬੜੀ ਦੁਨੀਆ ਵਹਿੰਦੀ ਹੈ, ਗੁਰਸਿੱਖ ਪਿਆਰਿਓ ਬੇਅੰਤ ਟਿਕਾਣੇ, ਬੇਅੰਤ ਜਗ੍ਹਾ ਇਹੋ ਜਿਹੀਆਂ ਨੇ ਜਿੱਥੇ ਸੱਜ ਸੱਜ ਕੇ ਲੋਕ ਬਹਿੰਦੇ ਹੈ, ਪਰ ਲੇਕਿਨ ਉੱਥੇ ਬਹਿਣ ਦਾ ਕਾਰਨ ਇੱਕ ਹੈ, ਉੱਥੇ ਦੁਵਿਧਾ ਖਤਮ ਨਹੀਂ ਹੁੰਦੀ, ਦੁਵਿਧਾ ਵੱਧਦੀ ਜਾ ਰਹੀ ਹੈ। ਇੱਕ ਗੱਲ ਫੜ ਲਓ, ਇੱਕ ਗੱਲ ਦੇ ਨਾਲ ਦੂਜੀ ਲਾ ਲਓ, ਦੂਜੀ ਨਾਲ ਤੀਜੀ ਲਾ ਲਓ, ਦੁਵਿਧਾ ਖਤਮ ਨਹੀਂ ਹੋਏਗੀ, ਦੁਵਿਧਾ ਵੱਧਦੀ ਜਾਏਗੀ, ਪਰ ਲੇਕਿਨ ਕਿਹੋ ਜਿਹੀ ਉਹ ਜਗ੍ਹਾ ਹੋਵੇ ਜਿੱਥੇ ਬਹਿ ਕੇ ਤੁਹਾਡੀ ਦੁਵਿਧਾ ਖਤਮ ਹੋਵੇ। ਬੜਾ ਵੱਡਾ ਪ੍ਰਮਾਣ ਦਿੱਤਾ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ, ਕਿਉਂਕਿ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਸਾਡਾ ਆਧਾਰ ਹੈ। ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਸਾਡਾ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਗੁਰਬਾਣੀ ਦੇ ਨਾਲ ਆਪਣੇ ਜੀਵਨ ਦੀ ਪੜਤਾਲ ਕਰਨੀ ਚਾਹੀਦੀ ਹੈ। ਹਰ ਇੱਕ ਵਾਰ, ਹਰ ਇੱਕ ਸਮੇਂ ਸਾਨੂੰ ਗੁਰਬਾਣੀ ਦੇ ਨਾਲ ਆਪਣੇ ਜੀਵਨ ਦੀ ਤੁਲਨਾ ਕਰਦੇ ਰਹਿਣਾ ਚਾਹੀਦਾ। ਰਹੋ ਵਿਚਾਰ ਜਗ੍ਹਾ ਬੜੀਆਂ ਪਰ ਦੁਵਿਧਾ ਪੈਂਦੀ ਹੈ। ਪੁੱਛੀਏ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ, ਸੱਚੇ ਪਾਤਸ਼ਾਹ ਕਿਹੋ ਜਿਹੀ ਜਗ੍ਹਾ ਹੈ ਜਿੱਥੇ ਆ ਕੇ ਦੁਵਿਧਾ ਖਤਮ ਹੋਏਗੀ। ਫਰਮਾਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਗ੍ਹਾ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕਹਿ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਸਾਏ। ਜਿਵੇਂ ਆਪ ਜੀ ਬੈਠੇ, ਪੁਰਾਤਨ ਸਮਾਂ ਜਿਹੜਾ ਥੱਲੇ ਵਿਛਾਉਣ ਵਾਲਾ ਕੋਈ ਵਸਤਰ ਸੀ, ਗੁਰਸਿੱਖ ਪਿਆਰਿਓ ਉਹਨੂੰ ਸਫ ਦਾ ਦਰਜਾ, ਸਫਾ ਵਿਛਾ ਕੇ ਬਹਿਣਾ ਸੰਗਤ ਕਰਨ ਦੇ ਲਈ। ਫਿਰ ਇਸੇ ਕਰਕੇ ਮਹਾਰਾਜ ਨੇ ਕਹਿ ਦਿੱਤਾ ਨਾ, ਫਿਰ ਸਤ ਸੰਗਤ ਬਾਜੋ ਜੀ, ਸੰਗਤ ਤੋਂ ਬਿਨਾ, ਕਿਉਂਕਿ ਸੰਗਤ ਹੀ ਹੈ, ਚੋਰ ਦੀ ਕਰਨੀ ਸ਼ੁਰੂ ਕਰਦੇ ਹੋ ਇੱਕ ਦਿਨ ਚੋਰ ਬਣ ਜਾਓਗੇ, ਸੰਗਤ ਹੈ।
ਜਿਸੇ ਪਾਪੀ ਦੀ ਸੰਗਤ ਕਰਨੀ ਸ਼ੁਰੂ ਕਰ ਦਿਓ, ਇੱਕ ਦਿਨ ਤੁਹਾਨੂੰ ਸਹਿਜੇ ਸਹਿਜੇ ਲੋਕ ਪਾਪੀ ਕਹਿਣਾ ਸ਼ੁਰੂ ਕਰ ਦੇਣਗੇ ਸ਼ਰਾਬੀ ਦੀ ਸੰਗਤ ਕਰੋ, ਪਰ ਇਹ ਨਹੀਂ ਪਤਾ ਲੱਗੇਗਾ, ਪੁੱਛਣ ਦੀ ਲੋੜ ਨਹੀਂ ਕਿਵੇਂ ਸ਼ਰਾਬ ਪੀ ਦੀ ਹੈ। ਸਹਿਜੇ ਸਹਿਜੇ ਸੰਗਤ ਵਿੱਚ ਜਾਓਗੇ, ਪਤਾ ਲੱਗਣਾ ਸ਼ੁਰੂ ਹੋ ਜਾਣਾ, ਲੋਕਾਂ ਨੇ ਇੱਕ ਦਿਨ ਤੁਹਾਨੂੰ ਵੀ ਸ਼ਰਾਬੀ ਕਹਿਣਾ ਸ਼ੁਰੂ ਕਰ ਦੇਣਾ। ਸੰਗਤ ਹੈ ਬਾਈ ਰੰਗ ਲਾਗਤ ਲਾਗਤ, ਇਹ ਤਾਂ ਰੰਗ ਲੱਗਦਾ ਹੈ ਨਾ। ਦੁਨਿਆਵੀ ਵਸਤੂਆਂ ਦੇ ਵਿੱਚ ਖਚਤ ਹੋ ਕੇ ਭਾਵੇਂ ਕੋਈ ਆਪਣੇ ਆਪ ਨੂੰ ਜ਼ਹਿਰ ਦਾ ਰੰਗ ਲਾ ਲਏ, ਭਾਵੇਂ ਆਪਣੇ ਆਪ ਨੂੰ ਗੁਰੂ ਦੇ ਕੋਲ ਆ ਕੇ ਕੋਈ ਸੱਚ ਦਾ ਰੰਗ ਲਾ ਲਏ। ਗੱਲ ਕੇਵਲ ਰੰਗ ਦੀ ਹੈ, ਉਹ ਰੰਗ ਤਾਂ ਚੜ ਜਾਣਾ ਹੈ। ਲਲਾਰੀ ਦੇ ਕੋਲ ਕੱਪੜਾ ਦੇਣ ਜਾਓ, ਕਹਿ ਕੇ ਆ ਜਾਓ ਕਿ ਆਹ ਰੰਗ ਚੜਾ ਦਿਓ, ਲਲਾਰੀ ਨੇ ਤਾਂ ਚੜਾ ਦੇਣਾ, ਉਹਨੇ ਵੇਖਣਾ ਥੋੜੋ ਵੀ ਇਹ ਬੰਦਾ ਕਿ ਚੰਗਾ। ਫਿਰ ਕਹਿ ਦਿੱਤਾ ਮਹਾਰਾਜ ਨੇ ਬਾਣੀ ਦੇ ਅੰਦਰ, ਸਤ ਸੰਗਤ ਭਾਜੋ ਜੀ ਤਰਿਆ ਭਾਵ ਸਾਗਰ ਨਹੀਂ ਜਾਣਾ, ਸੰਗਤ ਭਾਜੋ ਜੀ ਭਾਵ ਸਾਗਰ ਨਹੀਂ ਜਾਣਾ, ਸਤ ਸੰਗਤ ਵਾਜੋਨੀ ਭਾਵ ਸਾਗਰ ਨਹੀਂ ਜਾਣਾ, ਸੰਗਤ ਵਾਜੋਨੀ ਤਰਿਆ ਭਾਵ ਸਾਗਰ ਨਹੀਂ ਜਾਣਾ, ਸੰਗਤ ਵਾਜੋ ਜੀ ਦਰਿਆ ਭਾਵ ਸਾਗਰ ਨਹੀਂ ਜਾਣਾ, ਸੰਗਤ ਵਾਜੋ ਜੀ ਭਾਵ ਸਾਗਰ ਨਹੀਂ ਜਾਣਾ, ਵਾਜੋ ਜੀ ਦਰਿਆ ਭਾਵ ਸਾਗਰ ਨਹੀਂ ਜਾਣਾ, ਸੰਗਤ ਵਾਜੋ ਜੀ ਦਰਿਆ ਭਾਵ ਸਾਗਰ ਨਹੀਂ ਜਾਣਾ, ਸਤ ਸੰਗਤ ਵਾਜੋ ਜੀ ਦਰਿਆ ਭਾਵ ਸਾਗਰ ਨਹੀਂ ਜਾਣਾ, ਸਤ ਸੰਗਤ ਵਾਜੋ ਜੀ ਦਰਿਆ ਸੰਗਤ ਕੀਤਿਆਂ ਤੋਂ ਬਿਨਾਂ ਭਵ ਸਾਗਰ ਤਰਿਆ ਨਹੀਂ ਜਾਏਗਾ। ਕਿੰਨੀ ਕੁ ਜ਼ਰੂਰੀ ਹੈ ਸੰਗਤ, ਅਰਦਾਸ ਆਪਾਂ ਕਰਦੇ ਹਾਂ ਰੋਜ਼ਾਨਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠ ਲੈ, ਇਸ ਸੰਸਾਰ ਦੇ ਸਮੁੰਦਰ ਚੋਂ ਸੱਚੇ ਪਾਤਸ਼ਾਹ ਸਾਨੂੰ ਕੱਢਣਾ ਕਰੋ। ਸੰਸਾਰ ਰੂਪੀ ਸਮੁੰਦਰ ਹੈ, ਸੰਸਾਰ ਰੂਪੀ ਸਮੁੰਦਰ ਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ। ਇੱਕ ਸਮੁੰਦਰ ਉਹ ਹੈ ਜਿਸ ਸਮੁੰਦਰ ਦੇ ਵਿੱਚੋਂ ਬੇੜੀਆਂ ਆਦਿਕ ਪਾ ਕੇ ਤੁਹਾਨੂੰ ਮਲਾਹ ਕੱਢ ਸਕਦੇ ਹੈ, ਪਰ ਲੇਕਿਨ ਇੱਕ ਸੰਸਾਰ ਦਾ ਸਮੁੰਦਰ ਹੈ
ਜਿਸ ਸਮੁੰਦਰ ਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਭਾਈ। ਸਤਿਗੁਰਾਂ ਨੇ ਰੋਜ਼ ਦੀ ਬਾਣੀ ਬਖਸ਼ਿਸ਼ ਕੀਤੀ, ਆਪਾਂ ਨਿਤਨੇਮ ਦੀ ਬਾਣੀ ਪੜ੍ਹਦੇ ਹਾਂ ਔਰ ਨਿਤਨੇਮ ਦੀ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਲਿਖ ਦਿੱਤਾ ਕਾ ਹੀਰੇ ਮਨ ਚਿੱਤ ਵਹਿ ਉਦਮ ਜਾਂ ਹਰ ਹਰ ਜੀਓ ਪਰਿਆ। ਸਹਿਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ ਆਗੇ ਕਰ ਧਰਿਆ। ਸਹਿਲ ਪੱਥਰ ਮੈਂ ਲੰਮਾ ਸਮਾਂ ਕਿਸੇ ਪੱਥਰ ਨੂੰ ਪਏ ਨੂੰ ਲੰਘ ਜਾਏ ਉਹਦੇ ਅੰਦਰ ਵੀ ਜੀਵ ਹੈ ਅੰਦਰ ਵੀ ਜੰਤ ਨੇ। ਮਹਾਰਾਜ ਕਹਿੰਦੇ ਉਹਦਾ ਜਿਹੜਾ ਰਿਜਕ ਹੈ ਉਹ ਕਿੱਥੇ ਕੰਮ ਕਾਰ ਕਰਨ ਜਾਂਦੇ ਉਹ ਰਿਜਕ ਉੱਥੇ ਕੌਣ ਪਹੁੰਚਾਉਂਦਾ। ਜਿਹੜਾ ਧਿਆਨ ਦੇਣਾ ਗੁਰਬਾਣੀ ਵੱਲ ਸੰਗਤ ਜੀ, ਪਹਿਲੋਂ ਦੇਤ ਹੈ ਰਿਜਕ ਸੰਬਾਹਾ ਪਿੱਛੋਂ ਦੇਤ ਹੈ ਜੰਤ ਉਪਾਹਾ। ਸਾਡਾ ਤੁਹਾਡਾ ਜਨਮ ਬਾਅਦ ਵਿੱਚ ਹੋਇਆ, ਸਭ ਤੋਂ ਪਹਿਲਾਂ ਰਿਜਕ ਗੁਰਸਿੱਖ ਪਿਆਰਿਓ ਛਕਣ ਵਾਸਤੇ ਰਿਜਕ ਪਰਮੇਸ਼ਰ ਵੱਲੋਂ ਭੇਜਿਆ ਗਿਆ। ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਅਗਲੀਆਂ ਪੰਕਤੀਆਂ ਪੜ੍ਹਨੀਆਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਸੋ ਤਰਿਆ। ਜਿਹਨਾਂ ਨੂੰ ਗੁਰੂ ਕੀ ਸੰਗਤ ਮਿਲ ਗਈ ਉਹ ਤਰ ਗਏ, ਜਿਹਨਾਂ ਨੂੰ ਪੂਰੇ ਗੁਰੂ ਕੀ ਸੰਗਤ ਮਿਲ ਗਈ ਉਹ ਤਰ ਗਏ। ਸਤ ਸੰਗਤ ਹੈ ਹੀ ਉਹ ਹੈ ਜਿੱਥੇ ਆਪਾਂ ਨਾਮ ਦੀ ਗੱਲ ਬਾਣੀ ਦੀ ਗੱਲ ਆਪਾਂ ਗੁਰੂ ਦੀ ਗੱਲ ਕਰੀਏ। ਇਹ ਨਹੀਂ ਮੈਂ ਕੀਰਤਨ ਸ਼ੁਰੂ ਕੀਤਾ ਪਰਮੇਸ਼ਰ ਦੀ ਬਾਤ ਤੋਂ, ਮੈਂ ਕੀਰਤਨ ਸ਼ੁਰੂ ਕੀਤਾ ਗੁਰਬਾਣੀ ਦੀਆਂ ਤੁਕਾਂ ਦੁਆਰਾ, ਪਰ ਸ਼ੁਰੂਆਤ ਅੰਦਰ ਨਾਮ ਦੀ ਗੱਲ ਕੀਤੀ। ਫਿਰ ਦੋ ਢਾਈ ਘੰਟੇ ਚੁਗਲੀਆਂ ਵੱਡੀਆਂ ਕਦੇ ਕਿਸੇ ਦੀਆਂ ਤੇ ਕਦੇ ਕਿਸੇ ਦੀਆਂ। ਇਹ ਸੰਗਤ ਨਹੀਂ, ਇਹ ਸਤਸੰਗਤ ਨਹੀਂ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਨੇ ਕਹਿ ਦਿੱਤਾ ਜਿੱਥੇ ਏਕੋ ਨਾਮ, ਨਾਮ ਦੇ ਦੁਆਲੇ ਬਾਤ ਘੁੰਮਦੀ ਹੋਵੇ ਉਹਨੂੰ ਸੰਗਤ ਕਿਹਾ, ਗੁਰੂ ਦੀ ਗੱਲ ਹੁੰਦੀ ਹੋਵੇ ਉਹਨੂੰ ਸੰਗਤ ਕਿਹਾ। ਗੁਰਸਿੱਖ ਪਿਆਰਿਓ ਸਤਸੰਗਤ ਹੈ ਹੀ ਉਹ ਹੈ ਜਿੱਥੇ ਰੱਬ ਦੇ ਨਾਮ ਦੀ ਗੱਲ ਕੀਤੀ ਜਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆ ਕੇ ਗੁਰਸਿੱਖ ਪਿਆਰਿਓ ਇਸ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਗੱਲ ਕੀਤੀ ਸਾਡੇ ਜੀਵਨ ਦੀ, ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਹੁਣ ਤਾਂ ਗੁਰੂ ਘਰ ਜਾਣ ਦਾ ਕੁਝ ਨਾਂ ਲੈ ਲਓ, ਪਰ ਲੇਕਿਨ ਗੁਰੂ ਘਰ ਜਾਣਾ ਕਿਉਂ ਹੈ, ਗੁਰੂ ਘਰ ਜਾਣ ਦਾ ਨਾਂ ਕੀ ਸੀ, ਕਾਹਦੇ ਲਈ ਆਪਾਂ ਨੇ ਗੁਰਦੁਆਰਾ ਸਾਹਿਬ ਜਾਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ, ਸਤਿਗੁਰੂ ਜੀ ਕਹਿੰਦੇ ਗੁਰੂ ਘਰ ਜਾਣਾ ਹੀ ਤਾਂ ਹੀ ਤੈਨੂੰ ਤੇਰੇ ਜੀਵਨ ਦੀ ਸੋਝੀ ਆਵੇ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਗੁਰੂ ਤੋਂ ਬਿਨਾਂ ਕੋਈ ਸੋਝੀ ਦੇ ਨਹੀਂ ਸਕਦਾ। ਔਰ ਗੁਰੂ ਦੁਆਰਾ ਜਿਸ ਗੁਰੂ ਘਰ ਦੇ ਵਿੱਚ ਆਪਾਂ ਜਾਂਦੇ ਹਾਂ ਉੱਥੇ ਸਾਨੂੰ ਸਾਡੇ ਜੀਵਨ ਦੀ ਜਾਂਚ ਮਿਲਣੀ ਚਾਹੀਦੀ। ਐਡੇ ਵੱਡੇ ਵੱਡੇ ਸਮਾਗਮ ਇੰਨੇ ਨੀ ਮਾਇਆ ਮਹਾਂਪੁਰਖ ਖਰਚ ਕਰ ਰਹੇ ਹੈ, ਇਹ ਕਿਉਂ ਕਰ ਰਹੇ ਨੇ? ਸਾਡੇ ਜੀਵਨ ਦੀ ਜਾਂਚ ਸਾਨੂੰ ਆ ਜਾਏ। ਸਾਡਾ ਜੀਵਨ ਅਸੀਂ ਕਰ ਕੀ ਰਹੇ ਹਾਂ? ਮਾਤ ਲੋਕ ਵਿੱਚ ਆ ਕੇ ਸਾਨੂੰ ਕਰਨਾ ਕੀ ਚਾਹੀਦਾ, ਕੀ ਚਾਹੀਦਾ? ਗੁਰਸਿੱਖ ਪਿਆਰਿਓ ਸਾਨੂੰ ਗੁਰੂ ਨੇ ਕਰਨ ਵਾਸਤੇ ਕੀ ਕਿਹਾ? ਸਾਡੇ ਜੀਵਨ ਦਾ ਫਲਸਫਾ ਸੰਗਤ ਵਿੱਚੋਂ ਪ੍ਰਾਪਤ ਹੋਏਗਾ। ਸੰਗਤ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਜਿਸ ਰਸਤੇ ਦੇ ਉੱਤੇ ਚੱਲ ਕੇ ਅਸੀਂ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲੀਆਂ ਕਰ ਸਕੀਏ। ਭਗਤ ਕਬੀਰ ਸਾਹਿਬ ਨੇ ਤਾਂ ਬੜੀ ਤਕੜੀ ਮੋਹਰ ਲਾ ਦਿੱਤੀ। ਭਗਤ ਕਬੀਰ ਸਾਹਿਬ ਜੀ ਤਾਂ ਕਹਿੰਦੇ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ ਤੇ ਜੋ ਕੀਨੇ ਸੋ ਲਾਭ। ਭਗਤ ਕਬੀਰ ਸਾਹਿਬ ਜੀ ਕਹਿੰਦੇ ਬਾਕੀ ਕੀਤੇ ਹੋਏ ਕੰਮਾਂ ਦੇ ਵਿੱਚੋਂ ਹਾਨੀ ਹੋ ਸਕਦੀ, ਦੁਨਿਆਵੀ ਕੀਤੇ ਹੋਏ ਕੰਮਾਂ ਦੇ ਵਿੱਚੋਂ ਹਾਨੀ ਹੋ ਸਕਦੀ ਹੈ, ਪਰ ਗੁਰੂ ਦੀ ਕੀਤੀ ਹੋਈ ਸੰਗਤ ਦਾ ਤਾਂ ਲਾਭ ਹੀ ਲਾਭ ਹੈ। ਭਾਵੇਂ ਕੋਈ ਢਾਈ ਪੌਣੇ ਤਿੰਨ ਮਿੰਟ ਕਰ ਲਏ,
ਭਾਵੇਂ ਕੋਈ ਲੰਮਾ ਸਮਾਂ ਕਰ ਲਏ, ਸੰਗਤ ਕੀਤੀ ਦਾ ਤਾਂ ਲਾਭ ਹੋਣਾ ਭਾਈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸਮਾਂ ਧਰਤੀ ਦੇ ਉੱਤੇ ਆਇਆ। ਜੋ ਪ੍ਰਕਰਨ ਅੱਜ ਆਪਣਾ ਕੇਵਲ ਸਮੇਂ ਦੇ ਲਿਹਾਜ਼ ਗੁਰਬਾਣੀ ਦਾ ਫੈਸਲਾ ਤਪ ਤਾਪਣ ਤੇ ਤਪ ਤੇਜ ਵਧੇ, ਗੁਰਸਿੱਖ ਪਿਆਰਿਓ ਨਾਮ ਜਪਣ ਵਾਲੀਆਂ ਰੂਹਾਂ ਨੂੰ ਨਾਮ ਜਪਣ ਵਾਲੀਆਂ ਕੁੱਖਾਂ ਦੀ ਲੋੜ ਹੈ। ਧਿਆਨ ਦੇਣਾ, ਇੱਕ ਮਾਤਾ ਨੂੰ ਇੱਕ ਸ਼ਰਾਬੀ ਕਬਾਬੀ ਜੂਏਬਾਜ਼ ਇਹੋ ਜਿਹਾ ਕੋਈ ਪੁੱਤਰ ਪੈਦਾ ਕਰਨ ਵਾਸਤੇ ਬਹੁਤੀ ਘਾਲਣਾ ਘਾਲਣ ਦੀ ਲੋੜ ਨਹੀਂ। ਉਹ ਤਾਂ ਆਟੋਮੈਟਿਕਲੀ ਪੈਦਾ ਹੋ ਰਹੇ ਨੇ, ਅੱਜ ਵੀ ਹੋ ਰਹੇ ਨੇ ਆਪਣੇ ਘਰਾਂ ਦੇ ਅੰਦਰ। ਧੰਨ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜਹਿ ਘਰ ਸਾਧਨਾ ਸੇਵੀਐ ਹਰ ਕੀ ਪੂਜਾ ਨਾਹੀ, ਤੇਹੇ ਘਰ ਮਰਹਟ ਸਾਰਖੇ ਭੂਤ ਵਸੈ ਤਿੰਨ ਮਾਹੇ ਤਿੰਨ ਮਾਹੇ। ਅੱਜ ਜਿਹੜੇ ਬੰਦਗੀ ਨਹੀਂ ਕਰਦੇ, ਇੱਕ ਦੂਜੇ ਕਿਸੇ ਨੂੰ ਸੇਵਾ ਨਾਲ ਜੋੜ ਕੇ ਕੋਈ ਰਾਜੀ ਨਹੀਂ, ਅੱਜ ਜਿਹੜੇ ਗੁਰੂ ਕੀ ਸੇਵਾ ਨਹੀਂ ਕਰਦੇ, ਇਹੋ ਜੇ ਸਰੀਰ ਪੈਦਾ ਕਰਨ ਵਾਸਤੇ ਇੱਕ ਮਾਤਾ ਨੂੰ ਕੋਈ ਬੰਦਗੀ ਕਰਨ ਦੀ ਲੋੜ ਨਹੀਂ। ਪਰ ਇਹਦੇ ਉਲਟ, ਜਿਸ ਮਾਤਾ ਨੇ ਬੰਦਗੀ ਵਾਲੀ ਰੂਹ ਨੂੰ ਪੈਦਾ ਕਰਨਾ, ਜਿਸ ਮਾਤਾ ਨੇ ਨਾਮ ਜਪਣ ਵਾਲੀ ਰੂਹ ਨੂੰ ਪੈਦਾ ਕਰਨਾ, ਦਾਨੀ ਭਗਤ ਸੂਰਮੇ ਨੂੰ ਪੈਦਾ ਕਰਨਾ, ਉਸ ਮਾਤਾ ਨੂੰ ਬੜੀ ਬੰਦਗੀ ਕਰਨ ਦੀ ਲੋੜ ਹੈ। ਉਸ ਮਾਤਾ ਨੂੰ ਬਹੁਤ ਬੰਦਗੀ ਕਰਨ ਦੀ ਲੋੜ ਹੈ, ਕਿਉਂਕਿ ਬੜਾ ਸੁੰਦਰ ਆਪਾਂ ਗੁਸਾਈ ਤੁਲਸੀਦਾਸ ਜੀਆਂ ਦਾ ਜੋੜਾ ਦੋਹਰਾ ਪੜ੍ਹਦੇ ਹਾਂ। ਉਹਨਾਂ ਨੇ ਲਿਖਿਆ, ਐ ਮਾਤਾ ਜਨਨੀ ਜਨੈ ਤਾ ਭਗਤ ਜਨ। ਆਪਣੀ ਕੁੱਖ ਵਿੱਚੋਂ ਪੈਦਾ ਹੋਣ ਵਾਲੇ ਬੱਚੇ ਨੂੰ ਜੇ ਤੂੰ ਜਨਮ ਦੇਣਾ ਤਾਂ ਉਹਦੇ ਅੰਦਰ ਤਿੰਨਾਂ ਗੁਣਾਂ ਚੋਂ ਇੱਕ ਗੁਣ ਹੋਣਾ ਲਾਜ਼ਮੀ ਹੈ। ਜਾਂ ਤਾਂ ਉਹ ਦਾਨੀ ਹੋਵੇ, ਜਾਂ ਫਿਰ ਉਹ ਭਗਤ ਹੋਵੇ, ਜਾਂ ਫਿਰ ਉਹ ਸੂਰਮਾ ਹੋਵੇ। ਤਿੰਨੇ ਗੁਣਾਂ ਦਾ ਧਰਮ ਦੇ ਨਾਲ ਇੱਕ ਬੜਾ ਵੱਡਾ ਸੰਬੰਧ ਹੈ। ਜਾਂ ਉਹ ਦਾਨੀ ਹੋਵੇ, ਜਾਂ ਭਗਤ ਹੋਵੇ, ਤੇ ਜਾਂ ਫਿਰ ਉਹ ਸੂਰਮਾ ਹੋਵੇ। ਵਰਨਾ ਜੇ ਇੱਕ ਮਾਤਾ ਤਿੰਨਾਂ ਗੁਣਾਂ ਦੇ ਵਿੱਚੋਂ ਇੱਕ ਵੀ ਗੁਣ ਆਪਣੇ ਬੱਚੇ ਵਿੱਚ ਨਹੀਂ ਪੈਦਾ ਕਰ ਸਕਦੀ, ਫਿਰ ਇਹ ਗੱਲ ਲਿਖਤੀ ਰੂਪ ਵਿੱਚ ਕਹਿ ਦਿੱਤੀ, ਨਹੀਂ ਤੋ ਜਨਨੀ ਬਾਜ ਰਹਿ ਕਾਹੇ ਗਵਾਵੇ ਨੂਰ ਗਵਾਵੇ ਨੂਰ। ਸਤ ਸੰਗਤ ਜੀ, ਇੱਕ ਨਾਮ ਜਪਣ ਵਾਲੀ ਰੂਹ ਨੂੰ ਇੱਕ ਬੰਦਗੀ ਕਰਨ ਵਾਲੀ ਕੁੱਖ ਦੀ ਲੋੜ ਹੈ। ਇੱਥੇ ਬਸ ਨੇ 26 ਸਾਲ 9 ਮਹੀਨੇ 13 ਦਿਨ ਬੰਦਗੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ। ਅੱਜ ਬੜਾ ਕੁਝ ਕੀਤਾ ਜਾ ਰਿਹਾ ਹੈ, ਵੱਡੇ ਵੱਡੇ ਸਾਡੇ ਪ੍ਰਚਾਰਕਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਜੀ ਉੱਥੇ ਬੰਦਗੀ ਨਹੀਂ ਜੀ ਕੀਤੀ। ਬੜੀ ਢਾ ਸਾਡੇ ਅੱਜ ਧਰਮ ਨੂੰ ਲੱਗ ਰਹੀ ਹੈ ਆਲੇ ਦੁਆਲੇ, ਕੋਈ ਦੂਜਾ ਨਹੀਂ ਲਾ ਰਿਹਾ। ਗੁਰਸਿੱਖ ਪਿਆਰਿਓ ਕੇਵਲ ਆਪਣੇ ਹੀ ਲਾ ਰਹੇ। ਇਤਿਹਾਸ ਵੱਲੋਂ ਬਰਖਾਸਤ ਕੀਤਾ ਜਾ ਰਿਹਾ, ਇਤਿਹਾਸ ਪੜ੍ਹਨ ਦੀ ਲੋੜ ਨਹੀਂ, ਕੇਵਲ ਬਾਣੀ ਪੜ੍ਹੋ। ਬਾਣੀ ਪੜ੍ਹਦਿਆਂ ਨੂੰ ਕਿਹਾ ਜਾ ਰਿਹਾ ਹੈ, ਬਾਣੀ ਪੜ੍ਹੋ ਪਰ ਘੱਟ। ਜਿੰਨੀਆਂ ਧਰਮ ਦੀਆਂ ਪਰਿਸਥਿਤੀਆਂ ਨੇ, ਆਹ ਨਹੀਂ ਕਰਨਾ ਚਾਹੀਦਾ ਜੀ, ਆਹ ਕਰਨਾ ਚਾਹੀਦਾ, ਪਰ ਨਹੀਂ। ਸਾਡੇ ਗੁਰੂਆਂ ਨੇ ਬੰਦਗੀ ਕੀਤੀ, ਕਮਾਈ ਕੀਤੀ, ਔਰ ਗੁਰਸਿੱਖ ਪਿਆਰਿਓ ਕਿਸੇ ਨੂੰ ਵੀ ਕੋਈ ਇਹੋ ਜਿਹਾ ਉਪਦੇਸ਼ ਨਹੀਂ ਦਿੱਤਾ ਵੀ ਤੁਸੀਂ ਇਤਿਹਾਸ ਨਾ ਪੜ੍ਹੋ, ਸਾਰੇ ਤਖਤਾਂ ਤੇ ਜਾਓ, ਸਾਰੇ ਗੁਰੂ ਘਰਾਂ ਦੇ ਵਿੱਚ ਜਾਓ, ਗੁਰਸਿੱਖ ਪਿਆਰਿਓ ਕਿਤੇ ਇਤਿਹਾਸ ਦੀ ਕਥਾ ਰੋਜ਼ ਚੱਲਦੀ ਹੈ। ਜਿੱਥੇ ਗੁਰਬਾਣੀ ਸਾਡਾ ਸਿੱਖਾਂ ਦਾ ਇੱਕ ਅੰਗ ਹੈ, ਬਹੁਤ ਵੱਡਾ, ਗੁਰਬਾਣੀ ਤੋਂ ਬਿਨਾਂ ਜਿੱਥੇ ਅਸੀਂ ਅਧੂਰੇ ਹਾਂ, ਇੱਕ ਗੱਲ ਦਾ ਖਿਆਲ ਕਰਨਾ, ਉੱਥੇ ਇਤਿਹਾਸ ਵੀ ਸਾਡਾ ਇੱਕ ਅੰਗ। ਇਤਿਹਾਸ ਤੋਂ ਬਿਨਾਂ ਵੀ ਸਾਡਾ ਜੀਵਨ ਅਧੂਰਾ ਹੈ। ਕਦੋਂ ਪਤਾ ਲੱਗੇਗਾ ਇਤਿਹਾਸ ਅੰਦਰ ਬਾਬਾ ਵਿਧੀ ਚੰਦ ਨੇ ਕਿਹੋ ਜਿਹੀਆਂ ਮੱਲਾਂ ਮਾਰੀਆਂ, ਕਿਵੇਂ ਜਜ਼ਬਾਤ ਸਾਡੇ ਅੰਦਰ ਆਉਣਗੇ। ਢਾਡੀ ਜਥਾ ਸੁਣਾ ਕੇ ਗਿਆ ਬਾਬਾ ਬੰਦਾ ਸਿੰਘ ਬਹਾਦਰ ਫਤਿਹ ਦਿਵਸ, ਕਿਵੇਂ ਪਤਾ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਤੀਰ ਦੇ ਕੇ ਤੋਰੇ ਬਾਬਾ ਬੰਦਾ ਸਿੰਘ ਜੀ ਬਹਾਦਰ।
इतिहास कोई पढ़ेगा, इतिहास कोई सुनेगा, इतिहास तुहानूं कोई दसेगा, गुरसिख प्यारे ते तां साडे हिरदिआं दे अंदर वासा करेगा ना इतिहास है जिहड़ा। वरना धर्म नूं ढा लाउण वालिआं वल्लों भी कोई कसर नहीं। पर मैं ये हथ बन के जरूर बेनती करदा है, आले दुआले दीआं सुणन दे नालों जे धर्म दे विच परपक रहना, धर्म दीआं सारीआं गतिविधियां नूं मनना पवेगा। जो साडे सतगुरां ने चलाईआं धर्म दीआं सारीआं गतिविधियां नूं मनना पवेगा। गुरसिख प्यारिओ, दुनियावी तौर ते लओ, एक बाप अपने पुत नूं कह दे तू अपने कुल दे अंदर पैदा होया, जो साडी कुल दे विच परिस्थितियां चलदियां आईआं तू नाल निभाउंदिआं जाणा। जे ओह पुत्तर अपने बाप दी गल नहीं मनदा कि ओह पुत्तर कहाउण दा हकदार है भाई? इस गल दा जवाब दिओ। जे ओह पुत्तर अपने पिता दी कोई गल नहीं ना मनदा कि ओह पुत्तर कहाउण दा हकदार है? मेरा ख्याल कहिंदा है ओह पुत्तर कहाउण दा हकदार नहीं जिहड़ा अपने पिता दी कीती कराई ते फुल नहीं चढ़दा। इधर भी उही बात है, जो गुर कहे सोई पल मानो, हर हर कथा निराली। जो साडे गुरु ने सानू कह दिता असी उस गल तो मुनकर नहीं होवांगे। आपां सनमुख रहना, बेमुख नहीं होना। नहीं तो गुरु अमरदास महाराज ने कह दिता जे को गुरदे बेमुख होवै बिन सतगुर मुक्त ना पावै। पावै पावै मुक्त ना होर था कोई पुछो विवेकिया जाए। पुछो जाके बंदगी करन वालिआं नूं अनेक जोनी, एक जोन दी गल नहीं, अनेक जोनी भरमे आवै बिन सतगुर मुक्त ना पावै। फिर मुक्त पाए लाग चरनी सतगुर शब्द सुनाए, कहे नानक विचार देखो बिन सतगुर मुक्त ना पाए। गुरु तो बिना मुक्ति नहीं है। क्योंकि बड़ा सुंदर भगत कबीर जी ने वचन किया, की कहते ने, भावे गंगा दे किनारे घर पाले पर मुक्ति ना होनी नाम तो बिना, गंगा दे किनारे घर Thank you.
ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ ਦਿਨ ਹਰ ਭਗਤ ਨਾ ਸ਼ਾਂਤ ਹੋਏ ਇਉਂ ਕਹਿ ਰਵੇ ਕਬੀਰ ਨਾਮ ਤੋਂ ਬਿਨਾਂ ਬਾਤ ਨਹੀਂ ਬਣਨੀ ਗੁਰਸਿੱਖ ਪਿਆਰਿਓ ਕੇਵਲ ਨਾਮ ਦੇ ਨਾਲ ਜੁੜਨਾ ਪਏਗਾ ਭਗਤੀ ਬੰਦਗੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਰੰਭ ਹੋਈ ਪੜ੍ਹੋ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਲਿਖ ਦਿੱਤਾ ਪਹਿਲਾ ਪਾਇਆ ਬਾਬੇ ਬਖਸ਼ਦਰ ਗੁਰੂ ਨਾਨਕ ਸਾਹਿਬ ਦਾ ਬਚਨ ਦਾਸ ਕਰ ਰਿਹਾ ਜੇ ਆਪਾਂ ਬੰਦਗੀ ਦੀ ਬਾਤ ਕਰਦੇ ਹਾਂ ਨਾ ਵੀ ਬੰਦਗੀ ਨਹੀਂ ਕਰਨੀ ਚਾਹੀਦੀ ਪਰ ਪੁੱਛੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਪਹਿਲਾਂ ਪਾਇਆ ਬਾਬੇ ਬਖਸ਼ਦਰ ਪਿੱਛੋਂ ਦੇ ਤਾਂ ਘਰ ਕਮਾਈ ਰੇਤ ਅੱਕ ਆਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ ਇਹਦਾ ਸਿੱਟਾ ਕੀ ਨਿਕਲਿਆ ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰ ਸਿਉ ਬਣਿਆ ਈ ਪਹਿਲਾਂ ਪਾਇਆ ਬਾਬੇ ਬਖਸ਼ਦਰ ਭਗਤੀ ਦਾ ਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਖੋਲਿਆ ਪਿੱਛੋਂ ਦੇ ਤਾਂ ਘਾਲ ਕਮਾਈ ਕਿੱਡੀ ਵੱਡੀ ਕਮਾਈ ਕੀਤੀ ਅੱਜ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਨਾ ਸਭ ਤੋਂ ਵੱਡੀ ਸੇਵਾ ਹੈ ਪ੍ਰਚਾਰ ਪ੍ਰਸਾਰ ਦੀ ਸਭ ਤੋਂ ਵੱਡੀ ਸੇਵਾ ਹੈ ਗੁਰਸਿੱਖ ਪਿਆਰਿਓ ਇਹ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤਦੇ ਹੀ ਕਹਿ ਦਿੱਤਾ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਮੈਨੂੰ ਉਸ ਗੁਰਸਿੱਖ ਦੀ ਧੂੜੀ ਦੇ ਦਿਓ ਜਿਹੜਾ ਆਪ ਨਾਮ ਜਪਦਾ ਹੋਵੇ ਤੇ ਦੂਜੇ ਨੂੰ ਨਾਮ ਜਪਾਉਂਦਾ ਹੋਵੇ ਸਤ ਸੰਗਤ ਜੀ ਬੰਦਗੀ ਕੀਤਿਆਂ ਤੋਂ ਬਿਨਾਂ ਨਾਮ ਜਪਿਆਂ ਤੋਂ ਬਿਨਾਂ ਦੁਨੀਆਂ ਨੂੰ ਉਤਾਰਿਆ ਨਹੀਂ ਜਾਂਦਾ ਰੇਤ ਦਾ ਆਹਾਰ ਸਤਿਗੁਰਾਂ ਨੂੰ ਕਰਨਾ ਪਿਆ ਕਿੱਡੀ ਔਖੀ ਬਾਤ ਹੈ ਅੱਕ ਦਾ ਆਹਾਰ ਗੁਰੂ ਨਾਨਕ ਸਾਹਿਬ ਜੀ ਨੂੰ ਕਰਨਾ ਪਿਆ ਰੇਤ ਅੱਕ ਆਹਾਰ ਹੁੰਦਾ ਖਾਣਾ ਰੋੜਾ ਦੀ ਵਿਛਾਈ ਰੋੜਾ ਦੇ ਉੱਤੇ ਪੁਰਜੇ ਸੌਣਾ ਪੈ ਗਿਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਟਾ ਕੀ ਨਿਕਲਿਆ ਵੱਡੇ ਭਾਗ ਹਰਸਿਉ ਬਣਿਆਈ ਵੱਡੇ ਭਾਗ ਗੁਰਸਿੱਖਾਂ ਦੇ ਜਿਹਨਾਂ ਨੂੰ ਬੰਦਗੀ ਭਗਤੀ ਦੁਆਰਾ ਗੁਰੂ ਨਾਨਕ ਸਾਹਿਬ ਨੇ ਤਾਰਿਆ ਗੁਰੂ ਅੰਗਦ ਸਾਹਿਬ ਜੀਆਂ ਦਾ ਜੀਵਨ ਪੜ੍ਹੋ ਸੇਵਾ ਕਿੰਨੀ ਕੀਤੀ ਅੱਜ ਗੁਰਸਿੱਖ ਪਿਆਰਿਓ ਭਗਤੀ ਬੰਦਗੀ ਦੁਆਰਾ ਦੁਨੀਆਂ ਨੂੰ ਤਾਰਨ ਇੱਥੇ ਬਸ ਨਹੀਂ ਸਮਾਂ ਚੱਲਦੇ ਚੱਲਦੇ ਆਇਆ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹਨਾਂ ਨੇ 26 ਸਾਲ 9 ਮਹੀਨੇ 13 ਦਿਨ ਬੰਦਗੀ ਭਗਤੀ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇੱਥੇ ਬਸ ਨਹੀਂ ਮਾਤਾ ਗੁਜਰ ਕੌਰ ਜੀਆਂ ਨੇ ਪਹਿਰਾ ਦੇਣਾ ਸਤਿਗੁਰਾਂ ਨੇ ਬੰਦਗੀ ਕਰਨੀ ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੰਦਗੀ ਕਰਨੀ ਮਾਤਾ ਗੁਜਰ ਕੌਰ ਜੀਆਂ ਨੇ ਪਹਿਰਾ ਦੇਣਾ ਭੋਰਾ ਸਾਹਿਬ ਤੋਂ ਬਾਹਰ ਖੜ ਕੇ ਜਿਸ ਵੇਲੇ ਬਾਬਾ ਮੱਖਣ ਸ਼ਾਹ ਲਵਾਣੇ ਵਰਗਿਆਂ ਨੇ ਅੱਜ ਪ੍ਰਗਟ ਕੀਤਾ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਅੱਜ ਪਹਿਲਾ ਸਮਾਂ ਸੀ ਇੰਨੇ ਸਮੇਂ ਤੋਂ ਬਾਅਦ ਧੰਨ ਮਾਤਾ ਗੁਜਰ ਕੌਰ ਜੀਆਂ ਨੇ ਦਰਸ਼ਨ ਕਰਨੇ ਗੁਰੂ ਤੇਗ ਬਹਾਦਰ ਮਹਾਰਾਜ ਇਸ ਗੱਲ ਦਾ ਖਿਆਲ ਕਰਨਾ ਧਿਆਨ ਕਰਨਾ ਬੀਬੀਓ ਭੈਣੋ ਸਰੀਰ ਇੱਕ ਹੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਰੀਰ ਇੱਕ ਹੈ ਇੱਕੋ ਹੀ ਸਰੀਰ ਨੂੰ ਪਿਤਾ ਪੁਰਖੀ ਪਰਮੇਸ਼ਰ ਦਾ ਦਰਜਾ ਵੀ ਦੇਣਾ ਔਰ ਉਸੇ ਸਰੀਰ ਨੂੰ ਆਪਣੇ ਪਤੀ ਦਾ ਦਰਜਾ ਵੀ ਦੇਣਾ ਬੜੀ ਔਖੀ ਬਾਤ ਹੈ ਬੀਬੀਆਂ ਭੈਣਾਂ ਬੈਠੀਆਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਜਾਣਨਾ ਸਰੀਰ ਇੱਕ ਹੈ ਨੌਵੇਂ ਪਾਤਸ਼ਾਹ ਦਾ ਦਰਜੇ ਦੋ ਨੇ ਇੱਕ ਪਾਸੇ ਗੁਰੂ ਦਾ ਦਰਜਾ ਦੇਣਾ ਔਰ ਦੂਜੇ ਪਾਸੇ ਆਪਣੇ ਪਤੀ ਦਾ ਦਰਜਾ ਦੇਣਾ ਵਿਰਲੀਆਂ ਮਾਵਾਂ ਵਿਰਲੀਆਂ ਭੈਣਾਂ ਦੁਨੀਆਂ ਤੇ ਇਹੋ ਜਿਹੀਆਂ ਹੋਣਗੀਆਂ
ਜਿਹਨਾਂ ਦੀ ਅੱਜ ਅੰਦਰੂਨੀ ਅਵਸਥਾ ਹੋਵੇਗੀ ਧੰਨ ਮਾਤਾ ਗੁਜਰ ਕੌਰ ਵਰਗੀ। ਸੱਤ ਹੈ ਵਿਰਲੇ ਨੇ, ਵਿਰਲੀਆਂ ਉਹ ਮਾਵਾਂ ਨੇ ਜਿਹਨਾਂ ਨੇ ਇਹੋ ਜਿਹਾ ਕਰਮ ਕੀਤਾ ਹੋਏਗਾ। ਭਾਈ ਮੱਖਣ ਸ਼ਾਹ ਲਵਾਣੀ ਵਰਗਿਆਂ ਨੇ ਸਤਿਗੁਰਾਂ ਨੂੰ ਪ੍ਰਗਟ ਕਰਨ, 22 ਮੰਜੀਆਂ ਤੋਂ ਬਾਅਦ ਇਹ ਗੱਲ ਦੁਨੀਆਂ ਨੂੰ ਦੱਸ ਦੇਣੀ, ਦੁਨੀਆਂ ਦੇ ਲੋਕੋ ਗੁਰੂ ਲੱਧ ਹੋਰੇ ਜਿਹੜਾ ਅਸਲੀ ਗੁਰੂ ਹੈ ਉਹ ਤਾਂ ਭੋਰਾ ਸਾਹਿਬ ਦੇ ਅੰਦਰ ਬੰਦਗੀ ਕਰ ਰਿਹਾ, ਜਿਹੜਾ ਅਸਲੀ ਗੁਰੂ ਹੈ ਉਹ ਤਾਂ ਭੋਰਾ ਸਾਹਿਬ ਦੇ ਅੰਦਰ ਬੰਦਗੀ ਭਗਤੀ ਕਰਦਾ। ਇਹ ਨਾ ਕਿਤੇ ਉਲਝਣ ਵਿੱਚ ਪੈ ਜਾਇਓ ਕਿ ਜਿਹੜੇ ਗੁਰੂ ਬਾਹਰ ਬੈਠੇ ਅਸਲੀ ਨੇ। ਸਤ ਸੰਗਤ ਜੀ, ਸੱਚ ਹੈ ਪਾਤਸ਼ਾਹ ਜੀ ਬਾਣੀ ਅੰਦਰ ਕਹਿੰਦੇ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਕ ਚੰਦਰਮਾ ਚੜ੍ਹਦਾ ਰਾਤ ਨੂੰ ਕਿੰਨਾ ਚਾਨਣ ਹੁੰਦਾ ਹੈ, ਇੱਕ ਸੂਰਜ ਚੜ੍ਹਦਾ ਦਿਨ ਦੇ ਵਿੱਚ ਕਿੰਨਾ ਚਾਨਣ ਹੁੰਦਾ ਹੈ। ਮਹਾਰਾਜ ਕਹਿੰਦੇ ਇਹੋ ਜਿਹੇ ਇੱਕ ਨਹੀਂ ਸੌ ਚੰਦਰਮਾ ਚੜ੍ਹ ਜਾਣ, ਇਹੋ ਜਿਹਾ ਇੱਕ ਸੂਰਜ ਨਹੀਂ ਹਜ਼ਾਰਾਂ ਸੂਰਜ ਚੜ੍ਹ ਜਾਣ, ਪਰ ਇੰਨਾ ਚਾਨਣ ਹੋਣ ਦੇ ਬਾਵਜੂਦ ਗੁਰੂ ਤੋਂ ਬਿਨਾਂ ਫਿਰ ਸਾਨੂੰ ਗੁਰਾਂ ਬਿਨਾ ਕੋ ਹਨੇਰਾ, ਗੁਰੂ ਤੋਂ ਬਿਨਾਂ ਹਨੇਰਾ ਹੈ। ਚੰਨ ਭਾਵੇਂ ਸੋ ਚੜੇ ਦਿਸਣ ਵਾਸਤੇ ਚਾਨਣ ਬਹੁਤ ਹੈ, ਪਰ ਲੇਕਿਨ ਅੰਦਰੂਨੀ ਤੌਰ ਤੇ ਗੁਰੂ ਤੋਂ ਬਿਨਾਂ ਹਨੇਰਾ। ਪਹਿਲੀ ਵਾਰ ਅੱਜ ਮਾਤਾ ਧੰਨ ਮਾਤਾ ਗੁਜਰ ਕੌਰ ਜੀਆਂ ਦਾ ਮਿਲਣਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੂੰ। ਗੁਰਸਿੱਖ ਪਿਆਰਿਓ, ਇੱਕੋ ਹੀ ਸਰੀਰ ਨੂੰ ਅੱਜ ਦੋ ਦਰਜੇ ਦੇ ਗਏ, ਮੱਥਾ ਟੇਕਿਆ। ਧੰਨ ਮਾਤਾ ਗੁਜਰ ਕੌਰ ਜੀਆਂ ਨੇ
ਪਿਤਾ ਪਰਮੇਸ਼ਰ ਜੀ ਤੁਹਾਡੀ ਕਮਾਈ ਧੰਨ ਹੈ ਜਿਹਨਾਂ ਨੇ 26 ਸਾਲ 9 ਮਹੀਨੇ 13 ਦਿਨ ਭੋਰਾ ਸਾਹਿਬ ਦੇ ਅੰਦਰ ਬੰਦਗੀ ਕੀਤੀ। ਇੱਥੇ ਬਸ ਨਹੀਂ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਮਾਤਾ ਜੀ ਤੁਹਾਡੀ ਕਮਾਈ ਧੰਨ ਹੈ ਜਿਹਨਾਂ ਨੇ ਇੰਨਾ ਲੰਮਾ ਸਮਾਂ ਭੋਰਾ ਸਾਹਿਬ ਤੋਂ ਬਾਹਰ ਖੜ ਕੇ ਪਹਿਰਾ ਦਿੱਤਾ, ਤੁਹਾਡੀ ਕਮਾਈ ਧੰਨ ਹੈ। ਧੰਨ ਮਾਤਾ ਗੁਜਰ ਕੌਰ ਜੀ, ਅੱਜ ਕਮਾਈ ਤੋਂ ਪ੍ਰਸੰਨ ਹੋ ਕੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਕਹਿੰਦੇ ਮਾਤਾ ਜੀ ਮੰਗੋ, ਕੀ ਮੰਗਦੇ ਹੋ ਤੁਸੀਂ, ਮੰਗ ਜਿੰਨੀ ਕਮਾਈ ਕੀਤੀ ਹੈ। ਉਹ ਸਮਾਂ ਗੁਰਸਿੱਖ ਪਿਆਰਿਓ, ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ, ਜਿਹਦੇ ਦੁਆਲੇ ਇਹ ਮਹਾਨ ਗੁਰਮਤਿ ਸਮਾਗਮ। ਧੰਨਵਾਦ ਆ ਗੁਜਰ ਕੌਰ ਜੀਆਂ ਨੂੰ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੇ ਤੁਸੀਂ ਮੰਗ ਜਿੰਨੀ ਕਮਾਈ ਕੀਤੀ, ਮੰਗੋ ਕੀ ਮੰਗਦੇ ਹੋ। ਪਰ ਅੱਜ ਮੰਗਣਾ ਵੀ ਨਹੀਂ ਆਉਂਦਾ। ਸਤਿਗੁਰ ਜੀ ਬਾਣੀ ਅੰਦਰ ਕਹਿੰਦੇ, ਮੰਗਣਾ ਮੰਗਣ ਨੇਕਾ ਹਰ ਜਸ ਗੁਰ ਤੇ ਮੰਗਣਾ। ਗੁਰਸਿੱਖ ਪਿਆਰਿਓ, ਜੇ ਗੁਰੂ ਤੋਂ ਮੰਗਣਾ ਤੇ ਪਰਮੇਸ਼ਰ ਦਾ ਨਾਮ ਹਰੀ ਦਾ ਜਸ ਮੰਗੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੂੰ, ਧੰਨ ਮਾਤਾ ਗੁਜਰ ਕੌਰ ਜੀਆਂ ਨੇ ਕਿਹਾ, ਕਮਾਈ ਜੇ ਧੰਨ ਤੁਹਾਡੀ ਹੈ ਤਾਂ ਅੱਜ ਤੁੱਠੇ ਹੋ, ਜੇ ਕੁਝ ਦੇਣ ਲੱਗੇ ਹੋ ਕਿਰਪਾ ਕਰਦੇ ਹੋ। ਲੰਬਾ ਸਮਾਂ ਆਪਣਾ ਵਿਆਹ ਸ਼ਾਦੀ ਹੋਇਆਂ ਨੂੰ ਹੋ ਗਿਆ, ਆਪਣੇ ਘਰੇ ਕੋਈ ਔਲਾਦ ਨਹੀਂ। ਐ ਸੱਚੇ ਪਾਤਸ਼ਾਹ, ਜੇ ਅੱਜ ਝੋਲੀ ਭਰਨ ਲੱਗੇ ਹੋ ਨਾ ਤਾਂ ਫਿਰ ਕਿਰਪਾ ਕਰੋ, ਮੇਰੇ ਘਰੇ ਇਹੋ ਜਿਹਾ ਦਾਨੀ, ਇਹੋ ਜਿਹਾ ਸੂਰਮਾ, ਇਹੋ ਜਿਹਾ ਭਗਤ ਪੁੱਤਰ ਪੈਦਾ ਹੋਵੇ ਜਿਹਦੇ ਵਰਗਾ ਅੱਜ ਤੱਕ ਨਾ ਦੁਨੀਆਂ ਤੇ ਆਇਆ ਹੋਵੇ ਤੇ ਨਾ ਰਹਿੰਦੀ ਦੁਨੀਆਂ ਤੱਕ ਦੁਨੀਆਂ ਤੇ ਆਵੇ। ਇਹੋ ਜਿਹਾ ਪੁੱਤਰ ਪੈਦਾ ਹੋਣਾ ਚਾਹੀਦਾ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਹਾ ਸੀ, ਤੁਹਾਡੀ ਕਮਾਈ ਧੰਨ ਹੈ ਇਹੋ ਜਿਹਾ ਹੀ ਹੋਏਗਾ। ਸਤ ਸੰਗਤ ਜੀ, ਇਹ ਕਮਾਈ ਦੀ ਬਾਤ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਟਨੇ ਸਾਹਿਬ ਦੀ ਧਰਤੀ, ਧੰਨ ਮਾਤਾ ਗੁਜਰ ਕੌਰ ਜੀਆਂ ਦੀ ਕੁੱਖ ਨੂੰ ਭਾਗ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰਚੇਲਾ। ਇਤਿਹਾਸ ਐਡਾ ਕੁ ਵੱਡਾ ਲੰਮਾ ਕਿ ਸਤਿਗੁਰਾਂ ਦਾ ਇਤਿਹਾਸ ਕਬੀਰ, ਸਾਤ ਸਮੁੰਦਰ ਬਸ ਕਰੋ ਕਲਮ ਕਰੋ ਬਨਰਾਏ, ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਜੇ ਕਿਤੇ ਸਾਰੀ ਧਰਤੀ ਦਾ ਕਾਗਜ਼ ਬਣਾ ਲਿਆ ਜਾਵੇ, ਸਾਰੇ ਦਰਿਆ ਨਹਿਰਾਂ ਅੱਜ ਸਿਆਹੀ ਬਣਾ ਲਈ ਜਾਵੇ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਣ, ਅੱਜ ਐਡਾ ਵੱਡਾ ਇਤਿਹਾਸ ਦਸ਼ਮੇਸ਼ ਪਿਤਾ ਦਾ, ਕਲਮਾਂ ਛੋਟੀਆਂ, ਸਿਆਹੀ ਘੱਟ ਤੇ ਕਾਗਜ਼ ਘੱਟ ਰਹਿ ਜਾਏਗਾ, ਪਰਮੇਸ਼ਰ ਦਾ ਜਸ ਲਿਖਿਆ ਨਹੀਂ ਜਾ ਸਕਦਾ। ਪਰ ਆਪਣੇ ਮੁੱਖ ਦੇ ਵਿੱਚੋਂ ਇੱਕੋ ਹੀ ਵਚਨ ਕਿਹਾ ਜਾ ਸਕਦਾ, ਜਿਸ ਧਾਰਨਾ ਤੋਂ ਮੈਂ ਆਰੰਭ ਕੀਤਾ ਸੀ ਪੜ੍ਹ ਕੇ। ਆਪਾਂ ਸਮਾਪਤੀ ਵੱਲ ਸਮਾਂ ਹੋਇਆ। ਗੁਰਸਿੱਖ ਪਿਆਰਿਓ, ਇਹੋ ਜਿਹੇ ਸਤਿਗੁਰਾਂ ਤੋਂ ਹਮੇਸ਼ਾ ਹੀ। ਆ ਮੌਸਮ ਨੇ ਖਰਾਬੀ, ਰਾਤ ਵੀ ਦੱਸ ਨੇ, ਭਾਵੇਂ ਮੈਂ ਹਾਜ਼ਰੀ ਭਰਨੀ ਸੀ ਪਰ ਮੌਸਮ ਦੀ ਖਰਾਬੀ ਦੁਆਰਾ ਆਪਾਂ ਹਾਜ਼ਰੀ ਨਹੀਂ ਭਰ ਸਕੇ। ਚਲੋ ਸਮਾਂ ਬਣਦਾ ਹੀ ਰਹਿੰਦਾ, ਬਾਬਾ ਜੀ ਮਨਾਉਂਦੇ ਰਹਿੰਦੇ ਆ, ਟਾਈਮ ਟੂ ਟਾਈਮ ਸਮਾਗਮ, ਆਉਣ ਵਾਲੇ ਸਮੇਂ ਦੇ ਅੰਦਰ ਹਾਜ਼ਰੀ। ਫਿਰ ਆਪਾਂ ਅੱਗੇ ਕੀ ਇਤਿਹਾਸ ਹੈ, ਉਹ ਇਤਿਹਾਸ ਵੱਲ ਚਾਨਣਾ ਆਪਾਂ ਜ਼ਰੂਰ ਪਾਵਾਂਗੇ। ਪਰ ਇੱਕ ਵਾਰ ਫਿਰ ਸਾਰੇ ਗੱਜ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਿਆਰ ਦੇ ਅੰਦਰ, ਐਸੇ ਸਤਿਗੁਰਾਂ ਤੋਂ, ਐਸੇ ਗੁਰਾਂ ਤੋਂ ਜੀ ਮੈਂ ਬਲ ਬਲ ਜਾ, ਆ ਗੁਰਾਂ ਤੋਂ ਜੀ ਮੈਂ ਬਲ ਬਲ ਜਾ।
ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨਾ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਅੰਮ੍ਰਿਤ ਛਕੀਏ ਗੁਰੂ ਕੇ ਲੜ ਲਗੀਏ ਬਹਿਦੇ ਉੜਦੇ ਤੁਰਦੇ ਫਿਰਦੇ ਨਾਮ ਜਪੀਏ ਤਾਂ ਜੋ ਸਾਡਾ ਇਸ ਦੁਨੀਆਂ ਤੇ ਆਉਣਾ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਸਕੀਏ ਜਿੰਨੀਆਂ ਸੰਗਤਾਂ ਆਈਆਂ ਸਾਰੀਆਂ ਸੰਗਤਾਂ ਨੂੰ ਜੀਓ ਆਇਆ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਬਾਬਾ ਮੇਜਰ ਸਿੰਘ ਜੀ ਰਲ ਮਿਲ ਕਰਕੇ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਔਰ ਗੁਰਸਿੱਖ ਪਿਆਰਿਓ ਸਾਰੀਆਂ ਸੰਗਤਾਂ ਦਾ ਸਾਰੇ ਪ੍ਰਬੰਧ ਦਾ KTN TV ਤੋਂ ਭਾਈ ਹਰਜਿੰਦਰ ਸਿੰਘ ਜੀ ਬੜੇ ਪਿਆਰ ਨਾਲ ਕਿਉਂਕਿ ਚੈਨਲ ਬੜੇ ਚੱਲਦੇ ਹੈ ਮੈਂ ਮਹਾਂਪੁਰਖਾਂ ਦੇ ਸਥਾਨਾਂ 'ਤੇ ਜਿੱਥੇ ਵੀ ਪਿਆਰੇ ਜਾਂਦੇ ਉੱਥੇ ਬੇਨਤੀ ਕਰਦਾ ਹੈ ਚੈਨਲ ਬਹੁਤ ਚੱਲਦੇ ਨੇ ਕੋਈ ਅੰਤ ਨਹੀਂ ਪਰ ਇਹੋ ਜਿਹੇ ਚੈਨਲ ਵਾਲਿਆਂ ਨੂੰ ਵੀ ਮਾਇਆ ਵੱਧ ਦੇਣੀ ਚਾਹੀਦੀ ਜਿਹੜੇ ਪਿਆਰੇ ਅੱਠੋ ਪਹਿਰ 24 ਘੰਟੇ ਗੁਰਬਾਣੀ ਆਪਣੇ ਚੈਨਲ ਦੇ ਉੱਤੇ ਬੜੀ ਮਿਹਨਤ ਕਰ ਰਹੇ ਨੇ ਅਰਦਾਸ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਕਰੀਏ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਦੀ ਮਿਹਨਤ ਨੂੰ ਰੰਗ ਲਾਇਓ ਵੱਡਾ ਜਿਹੜਾ ਚੈਨਲ ਹੈ ਇਹਨਾਂ ਦਾ ਬਣ ਕੇ ਵੱਡੇ ਜੋ TV ਦੇ ਉੱਤੇ 24 ਘੰਟੇ ਜੋ ਧਾਰਮਿਕ ਚੈਨਲ ਹੈ ਇਹ ਕੀਰਤਨ ਭੇਟਾ ਔਰ ਜੋ ਕੀਰਤਨ ਕਥਾ ਦੁਆਰਾ ਗੁਰਬਾਣੀ ਦੁਆਰਾ ਘਰਾਂ ਘਰਾਂ ਦੇ ਵਿੱਚ ਸੰਗਤਾਂ ਨੂੰ ਇਹ ਚੈਨਲ ਨਿਹਾਲ ਕਰ ਸਕੇ ਆਓ ਸੋ ਫੁੱਲ ਸਾਰਿਆਂ ਨੂੰ ਵਰਤਾਏ ਜਾਣਗੇ ਆਪਾਂ ਸਤਿਗੁਰਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਨਾਲ ਸ਼੍ਰੀ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਅਰਦਾਸ ਅਤੇ ਹੁਕਮਨਾਮੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਫੁੱਲਾਂ ਦੀ ਵਰਖਾ ਹੋਏਗੀ ਸਤਿਗੁਰਾਂ 'ਤੇ ਜੋ ਸਲਾਨਾ ਆਪਣਾ ਸਮਾਗਮ ਚੜ੍ਹਦੀ ਕਲਾ ਦੇ ਨਾਲ ਸੰਪੰਨ ਹੋਵੇ ਬਿਲਕੁਲ ਦੂਰੋਂ ਵਗਾ ਕੇ ਕਿਸੇ ਨੇ ਨਹੀਂ ਫੁੱਲ ਮਾਰਨੇ ਬੀਬੀਆਂ ਵਾਲੇ ਪਾਸੇ ਬੀਬੀਆਂ ਆ ਜਾਣ ਭਾਈਆਂ ਵਾਲੇ ਪਾਸੇ ਭਾਈ ਆ ਜਾਣ ਭਾਈ ਫੁੱਲ ਵਰਤਾਏ ਜਾ ਰਹੇ ਨੇ ਔਰ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਖੜ੍ਹੇ ਹੋ ਕੇ ਨੇੜੇ ਨੇੜੇ ਆ ਜਾਓ ਤਾਂ ਜੋ ਸਭ ਤੋਂ ਪਹਿਲਾਂ ਆਪਾਂ ਨੇ ਧਾਰਨਾ ਪੜ੍ਹਨੀ ਹੈ ਗੁਰੂ ਸਾਹਿਬ ਦੀ ਉਸਤਤ ਦੇ ਅੰਦਰ ਔਰ ਉਹ ਤੋਂ ਬਾਅਦ ਫਿਰ ਜਦੋਂ ਇਸ਼ਾਰਾ ਤੁਹਾਨੂੰ ਕੀਤਾ ਜਾਏਗਾ ਉਦੋਂ ਸਤਿਗੁਰਾਂ 'ਤੇ ਫੁੱਲਾਂ ਦੀ ਵਰਖਾ ਕਰਨੀ ਹੈ ਫੁੱਲਾਂ ਦੀ ਵਰਖਾ ਤੋਂ ਬਾਅਦ ਸਾਰਿਆਂ ਨੇ ਬਹਿ ਜਾਣਾ ਸ਼੍ਰੀ ਆਨੰਦ ਸਾਹਿਬ ਦੀਆਂ 6 ਪੌੜੀਆਂ ਅਰਦਾਸ ਅਤੇ ਹੁਕਮਨਾਮੇ ਔਰ ਸਾਰੀਆਂ ਸੰਗਤਾਂ ਹੁਣ ਖੜ੍ਹੇ ਹੋ ਕੇ ਸਤਿਗੁਰਾਂ ਦੇ ਨੇੜੇ ਆ ਜਾਓ ਭਾਈ ਭਾਈਆਂ ਵਾਲੇ ਪਾਸੇ ਭਾਈ ਆ ਜਾਓ ਬੀਬੀਆਂ ਵਾਲੇ ਪਾਸੇ ਬੀਬੀਆਂ ਬੜੇ ਪਿਆਰ ਨਾਲ ਸਾਰੀ ਸੰਗਤ ਜਪਣ ਦੀ ਕਿਰਪਾਲਤਾ ਕਰਿਓ ਜੀ ਕੋਈ ਸੰਗਤ ਰਹਿ ਨਾ ਜਾਇਓ ਇਹ ਜਨਮ ਤੁਮਾਰੇ ਲੇਖੇ ਲੇਖੇ ਵਿੱਚ ਲਾਲ
ਕੀਤੀਆਂ ਬੇਨਤੀਆਂ ਕੀਤੀਆਂ ਗ੍ਰਹਿਣ ਕਰਨੀਆਂ। ਸਤਿਗੁਰਾਂ ਦੀ ਉਸਤਤ ਦੇ ਅੰਦਰ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਉਸਤਤ ਦੇ ਅੰਦਰ ਸਾਰੇ ਜੁੜੇ। 3 ਦਿਨ ਦਾ ਸਮਾਗਮ ਸੀ, ਮੌਸਮ ਖਰਾਬ ਹੋਣ ਕਾਰਨ 4th ਦਿਨ ਦੀ ਹਾਜ਼ਰੀ ਇਹ ਬਣ ਗਈ ਹੈ। ਸਤਿਗੁਰਾਂ ਨੇ ਕਿਰਪਾ ਕੀਤੀ, ਵੱਧ ਤੋਂ ਵੱਧ ਸਹਿਯੋਗ ਮਹਾਂਪੁਰਖਾਂ ਦਾ ਦਿਆ ਕਰੋ ਤਾਂ ਜੋ ਸਾਲਾਨਾ ਵੱਧ ਤੋਂ ਵੱਧ ਇਹ ਸਮਾਗਮ ਵੱਡਾ, ਹੋਰ ਸਮਾਗਮ ਇਹ ਵੱਡਾ ਹੋ ਸਕੇ। ਭਾਈ ਹਰਜਿੰਦਰ ਸਿੰਘ ਜੀ ਹੀਰਾ ਕੌਮ ਦੇ ਮਹਾਨ ਢਾਡੀਆਂ ਦੇ ਵਿੱਚੋਂ, ਉਹਨਾਂ ਪਿਆਰਿਆਂ ਦਾ, ਰੱਬ ਵਰਗੀਆਂ ਸਾਰੀਆਂ ਸੰਗਤਾਂ ਦਾ, ਔਰ ਦੁਬਾਰਾ ਫਿਰ KTN TV ਤੋਂ ਬੜੇ ਹੀ ਪਿਆਰ ਵਾਲੇ ਜਿਹੜੇ ਰਿਕਾਰਡਿੰਗ ਕਰਕੇ ਥਾਂ ਥਾਂ ਜਗ੍ਹਾ ਜਗ੍ਹਾ ਦੇ ਉੱਤੇ ਪਹੁੰਚਾ ਰਹੇ ਨੇ ਵਰਲਡ ਦੇ ਅੰਦਰ, ਉਹਨਾਂ ਪਿਆਰਿਆਂ ਦਾ, ਸਾਰਿਆਂ ਦਾ ਧੰਨਵਾਦ ਹੈ। ਸ਼੍ਰੀ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਅਰਦਾਸ ਅਤੇ ਹੁਕਮਨਾਮੇ। ਆਪਾਂ ਸਮਾਪਤੀ ਤੇ ਪਹੁੰਚੀਏ। ਸਾਰਿਆਂ ਨੇ ਬਾਅਦ ਵਿੱਚ ਗੁਰੂ ਕੇ ਲੰਗਰ ਜੋ ਤਿਆਰ ਚੱਲ ਰਹੇ ਹੈ, ਸਾਰਿਆਂ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ, ਦਾਸ ਦੀਆਂ ਹੋਈਆਂ ਭੁੱਲਾਂ ਦੀ ਖਿਮਾ। ਸਾਰੀ ਸੰਗਤ ਸੀਸ ਚਕਾਓ, ਸਾਰੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਤਾ ਕਲਾ। ਰਾਮ ਕਲੀ ਰਾਮ ਕਲੀ ਮਹਿਲਾ ਤੀਜਾ, ਕੋਈ ਰਸਨਾ ਨਾ ਵਾਂਝੀ ਰਹਿ ਜਾਏ, ਸਾਰੇ ਭਰੇ ਹੋਏ ਹੋਏ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਨੇ ਪਾਇਆ ਆਇਆ ਗਰਮੀਆਂ ਪੁਰਾਣੀ ਰਹਿ ਗਏ।
ਵਾਹਿਗੁਰੂ ਜੀ ਕਾ ਖਾਲਸਾ।